ਲੋਕਤੰਤਰ ਦੇ ਵਿੱਚ ਵੋਟ ਦਾ ਕਿੰਨਾ ਅਧਿਕਾਰ ਹੈ? ਚੋਣ ਕਮਿਸ਼ਨ ਵੱਲੋਂ ਸਵੀਪ ਐਕਟੀਵਿਟੀਜ਼ ਕਰਾਈ ਜਾ ਰਹੀ ਹੈ ਤਾਂ ਕਿ ਲੋਕ ਵੋਟ ਪਾਉਣ, ਵੋਟ ਦੀ ਮਹੱਤਤਾ ਨੂੰ ਸਮਝਣ। ਵੋਟ ਦੇ ਨਾਲ ਹੀ ਤੁਸੀਂ ਇੱਕ ਵੋਟ ਵੀ ਪਾਉਂਦੇ ਹੋ ਤਾਂ ਤੁਸੀਂ ਆਪਣੇ ਚੰਗੇ ਉਮੀਦਵਾਰ ਦਾ ਤੁਸੀਂ ਚੈਨ ਕਰ ਸਕਦੇ ਹੋ। ਤੁਸੀਂ ਦੇਖੋ, ਅਸੀਂ ਖੜ੍ਹੇ ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਵਿੱਚ, ਜਿੱਥੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਤਰੀਕੇ ਦੀ ਐਕਟੀਵਿਟੀ ਕੀਤੀ ਜਾ ਰਹੀ ਹੈ, ਕੋਈ ਪੋਸਟਰ ਰਾਹੀਂ, ਕੋਈ ਮਹਿੰਦੀ ਰਾਹੀਂ। ਤੁਸੀਂ ਦੇਖੋ, ਮਹਿੰਦੀ ਦੇ ਰਾਹੀਂ ਉਹਨਾਂ ਨੇ ਪ੍ਰੇਰਿਤ ਕੀਤਾ ਹੈ ਵੀ ਵੋਟ ਤੁਸੀਂ ਜ਼ਰੂਰ ਪਾਉਣਾ ਹੈ। ਵੋਟ ਦੀ ਕੀ ਮਹੱਤਤਾ ਹੈ, ਵੋਟ ਦੇ ਨਾਲ ਤੁਸੀਂ ਇੱਕ ਚੰਗੀ ਸਰਕਾਰ ਚੁਣੋਗੇ। ਗੱਲਬਾਤ ਕਰਦੇ ਹਾਂ ਇੱਥੇ ਲੈਕਚਰਾਰ ਸੁਸ਼ੀਲ ਸ਼ਰਮਾ ਜੀ। ਸੁਸ਼ੀਲ ਜੀ, ਇਹ ਜਿਹੜੀ ਐਕਟੀਵਿਟੀ ਚੱਲ ਰਹੀ ਹੈ ਚੋਣ ਕਮਿਸ਼ਨ ਵੱਲੋਂ, ਇਸ ਦਾ ਤੁਹਾਡਾ ਕੀ ਕਹਿਣਾ? ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ। ਇੱਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ, ਸਮਾਜ ਦੇ ਸਮਾਜਿਕ ਜੀਵ ਹੋਣ ਦੇ ਨਾਤੇ, ਸਾਡੀਆਂ ਕੁਝ ਡਿਊਟੀਜ਼ ਹੁੰਦੀਆਂ, ਉਹਨਾਂ ਡਿਊਟੀਆਂ ਦੇ ਵਿੱਚ ਦੇਸ਼ ਪ੍ਰਤੀ ਜਿਹੜਾ ਸਾਡਾ ਫਰਜ਼ ਹੈ ਉਹਦੇ ਪ੍ਰਤੀ ਮਲਕੀਤ ਸਿੰਘ ਜੀ ਸਮੂਹ ਟੀਚਰ ਸਾਹਿਬਾਨ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ, ਤਾਂ ਸਵੀਪ ਦੀ ਡਿਊਟੀ ਜਿਸ ਤਰ੍ਹਾਂ ਕਿ ਮੈਂ ਨੋਡਲ ਅਫਸਰ ਕੰਨਿਆ ਸਕੂਲ ਸਮਾਣਾ, ਐਜ਼ ਏ ਅਸਿਸਟੈਂਟ ਨੋਡਲ ਅਫਸਰ ਸਵੀਪ ਐਕਟੀਵਿਟੀਜ਼ ਸਮਾਣਾ 116, ਸਾਡੇ ਸਕੂਲ ਦੇ ਵਿੱਚ 3 ਬੂਥ ਨੇ, 178, 179, 180। ਤਾਂ ਸਾਨੂੰ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ 6 ਤੋਂ 12 ਤੱਕ ਅਲੱਗ ਅਲੱਗ ਗਤੀਵਿਧੀਆਂ ਦੇ ਤਹਿਤ ਬੱਚਿਆਂ ਨੂੰ ਜਾਗਰੂਕ ਕਰਨਾ ਸੀ ਤਾਂ ਕਿ ਬੱਚੇ ਆਉਣ ਵਾਲੇ ਸਮੇਂ ਦੀ ਉਹ ਪੀੜ੍ਹੀ ਨੇ ਜਿਹੜੇ ਸਾਡੇ ਵੱਡਿਆਂ ਨੂੰ ਵੀ ਸਿਖਾਉਂਦੇ ਨੇ। ਤੋ ਅਸੀਂ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ ELC ਫੋਰ ਫਿਊਚਰ ਵੋਟਰ ਦੇ ਤਹਿਤ। ਇਹ ਸਾਰੇ ਬੱਚੇ ਆਉਣ ਵਾਲੇ ਭਵਿੱਖ ਦੇ ਵੋਟਰਸ ਨੇ, ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਵੋਟ ਦੀ ਕਿੰਨੀ ਮਹੱਤਤਾ, ਇੱਕ ਇੱਕ ਵੋਟ ਦੀ ਮਹੱਤਤਾ ਹੈ, ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਬਣਦੀਆਂ ਨੇ। ਜਦੋਂ ਮੇਰੇ ਇਹ ਬੱਚੇ ਸਮਝੀਏ, ਸੰਸਾਰ ਵਿੱਚ ਘੁੰਮਦੇ ਹੋਏ, ਸਮਾਜ 'ਚ ਘੁੰਮਦੇ ਹੋਏ, ਆਪਣੇ ਮੰਮੀ ਡੈਡੀ, ਚਾਚਾ ਤਾਇਆ, ਆਂਢੀ ਗੁਆਂਢੀ ਸਾਰਿਆਂ ਨੂੰ ਸਮਝਾਉਣਗੇ ਕਿ ਆਪਣੀ ਵੋਟ ਪਾਉਣ ਜਾਓ, ਘਰਾਂ 'ਚ ਨਾ ਬੈਠੋ। ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਚੇਂਜ ਹੋ ਜਾਂਦੀਆਂ ਨੇ। ਸੋ ਇਹ ਬੱਚੇ ਬਹੁਤ ਬਾਖੂਬੀ ਸਮਝ, ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਚੇਂਜ ਹੋ ਜਾਂਦੀਆਂ ਹਨ। ਇਹੀ ਸੰਦੇਸ਼ ਦਾ ਦੇਣਾ ਹੈ, ਬੱਚਿਆਂ ਦਾ ਕਰਤੱਵ ਹੈ। ਬੱਚੇ ਆਪਣੇ ਮਾਂ ਬਾਪ ਨੂੰ ਆਪਣੇ ਆਲੇ ਦੁਆਲੇ ਜਾ ਕੇ ਦੱਸਣਗੇ ਵੋਟ ਜ਼ਰੂਰ ਪਾਓ। ਵੋਟ ਪਾਉਣ ਨਾਲ ਇੱਕ ਸਰਕਾਰ ਬਦਲੀ ਜਾ ਸਕਦੀ ਹੈ, ਚੰਗਾ ਉਮੀਦਵਾਰ ਤੁਹਾਨੂੰ ਮਿਲ ਸਕਦਾ ਹੈ, ਇਸ ਲਈ ਵੋਟ ਦੀ ਵਰਤੋਂ ਜ਼ਰੂਰ ਕਰੋ। ਮੇਰਾ ਨਾਮ ਖੁਸ਼ਬੂ ਹੈ। ਹਾਂ, ਜ਼ੋਰ ਦਾ ਬੋਲ। ਮੇਰਾ ਨਾਮ ਖੁਸ਼ਬੂ ਹੈ। ਹਾਂ, ਕੀ ਸੰਦੇਸ਼ ਹੈ ਤੁਹਾਡਾ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਵੋਟ ਪਾਓ, ਵਧੀਆ ਸਰਕਾਰ ਬਣਾਓ, ਕਿਉਂਕਿ ਆਉਣ ਵਾਲੇ ਫਿਊਚਰ ਲਈ ਵਧੀਆ ਸਰਕਾਰ ਹੀ ਸਭ ਤੋਂ ਜ਼ਿਆਦਾ ਬੈਸਟ ਹੈ। ਜੇ ਆਪਣੀ ਸਰਕਾਰ ਆਪਣੀ ਮਨਪਸੰਦ ਦੀ ਹੋਵੇਗੀ ਤਾਂ ਸਾਰੇ ਕੰਮ ਹੈ ਜਿਹੜੇ ਕਿ ਵਧੀਆ ਹੋਣਗੇ। ਇੱਕ ਵੋਟ ਦੀ ਕਿੰਨੀ ਮਹੱਤਤਾ ਹੈ? ਇੱਕ ਵੋਟ ਨਾਲ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇੱਕ ਵੋਟ ਨਾਲ ਸਰਕਾਰ ਬਦਲ ਸਕਦੀ ਹੈ, ਕਿਸੇ ਦਾ ਫਿਊਚਰ ਖਰਾਬ ਹੋ ਸਕਦਾ ਅਤੇ ਕਿਸੇ ਦਾ ਬਣ ਵੀ ਸਕਦਾ ਹੈ। ਇਸ ਲਈ ਆਪਣੀ ਵੋਟ ਜਿਹੜੀ ਧਿਆਨ ਨਾਲ ਪਾਓ। ਉਮੀਦਵਾਰ ਹੋਣਾ ਚਾਹੀਦਾ ਹੈ? ਉਮੀਦਵਾਰ ਉਹ ਹੋਣਾ ਚਾਹੀਦਾ ਜਿਹੜੇ ਕਿ ਆਪਣੀ ਫੈਮਿਲੀ ਜਾਂ ਫਿਰ ਆਪਣੇ ਬੈਕਗ੍ਰਾਊਂਡ ਨੂੰ ਦੇਖੇ, ਜਿਹੜੇ ਕਿ ਲੋਕਾਂ ਦੀ ਭਲਾਈ ਵਾਸਤੇ ਚੱਲੇ, ਉਹਨਾਂ ਵਾਸਤੇ ਕੰਮ ਕਰੇ, ਇੱਕ ਸੋਸ਼ਲ ਬੇਸ 'ਤੇ ਕੰਮ ਹੋਵੇ ਜਿਹਦਾ। ਕੀ ਸੰਦੇਸ਼ ਹੈ ਤੁਸੀਂ ਇਹ ਕਰੀਏ ਪੋਸਟਰ ਮੇਕਿੰਗ ਦੇ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕੀ ਕਹਿਣਾ ਤੁਹਾਡਾ? ਤੁਸੀਂ ਵੀ ਕੱਲ੍ਹ ਨੂੰ ਵੋਟਰ ਬਣੋਗੇ, ਕੱਲ੍ਹ ਨੂੰ ਵੋਟ ਪਾਓਗੇ, ਸਰਕਾਰ ਬਦਲ ਉਮੀਦਵਾਰ ਵੀ ਚੁਣੋਗੇ, ਸਰਕਾਰ ਬਦਲਣ 'ਚ ਵੀ ਤੁਹਾਡੀ ਵੋਟ ਦੀ ਅਹਿਮ ਭੂਮਿਕਾ ਹੋਣੀ ਹੈ, ਕਿਆ ਕਹਿਣਾ ਤੁਹਾਡਾ? ਅਸੀਂ ਤਾਂ ਐਵੇਂ ਕਹਾਂਗੇ ਜੀ ਵੀ ਜਿਹੜੀ ਸਰਕਾਰ ਤੁਹਾਨੂੰ ਵਧੀਆ ਲੱਗਦੀ ਹੈ ਉਹਨੂੰ ਵੋਟ ਪਾਉਣੀ ਚਾਹੀਦੀ ਹੈਗੀ। ਅਤੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀ ਪਛਾਣ ਕਰੋਗੇ? ਉਮੀਦਵਾਰ ਵਧੀਆ ਹੋਣਾ ਚਾਹੀਦਾ ਜੀ, ਜਿਹੜਾ ਆਪਣੇ ਦੇਸ਼ ਨੂੰ ਵਧੀਆ ਬਣਾ ਸਕਦਾ ਜੀ, ਆਪਣੀਆਂ ਮੰਗਾਂ ਪੂਰੀਆਂ ਕਰ ਸਕੇ ਜੀ। ਐਵੇਂ ਦੇ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਸਾਨੂੰ।